ਜੇ ਉਹ ਕਥਾ ਕਰਦਾ ਤਾਂ ਕਹਿੰਦਾ ਕਥਾ ਮਾਨ ਹੈ, ਜੇ ਕੀਰਤਨ ਕਰਦਾ ਤਾਂ ਕਹਿੰਦਾ ਕੀਰਤਨ ਮਾਨ ਹੈ, ਜਿਹੜਾ ਕਥਾ ਅਤੇ ਕੀਰਤਨ ਨਹੀਂ ਸੁਣਦਾ ਉਹ ਇਹ ਪੰਕਤੀਆਂ ਪੜ੍ਹਦਾ ਆਇਓ ਪੜ੍ਹਨ ਸੁਣਨ ਕੋ ਬਾਣੀ। ਦਸਮ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਵੀ ਪਾਤਸ਼ਾਹ ਕੀਰਤਨ ਸੁਣਨਾ ਚੰਗਾ ਹੈ ਜਾਂ ਬਾਣੀ ਸੁਣਨੀ ਚੰਗੀ ਹੈ ਜਾਂ ਕਥਾ ਬਹਾਨ ਹੈ? ਉੱਥੇ ਗੁਰਮੁਖੋ ਦ੍ਰਿਸ਼ਟਾਂਤ ਲਿਖਿਆ ਸਾਡੇ ਵਡੇਰਿਆਂ ਨੇ, ਜਿਵੇਂ ਖੂਹ 'ਚੋਂ ਆਪਾਂ ਪਾਣੀ ਕੱਢ ਕੇ ਆਪਣੇ ਲਾਗੇ ਚਾਰ ਕਿੱਲਿਆਂ ਨੂੰ ਭਰ ਲੈਂਦੇ ਹਾਂ, ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਜਿਹੜੇ ਬਾਣੀ ਸੁਣਦੇ ਨੇ ਪੜ੍ਹਦੇ ਨੇ ਉਹਨਾਂ ਨੂੰ ਲਾਭ ਹੈ। ਦੂਸਰਾ ਮੋਲੇ ਧਰਮੀ ਪੈਂਦਾ ਹੈ, ਪੈੜੀਆਂ ਦੀਆਂ ਵੱਟਾਂ ਉਛਲ ਜਾਂਦੀਆਂ ਨੇ, ਲੇਕਿਨ ਕੁਝ ਸਮੇਂ ਤੋਂ ਬਾਅਦ ਉਹ ਪਾਣੀ ਧਰਤੀ ਵਿੱਚ ਰਿਸ ਜਾਂਦਾ ਹੈ। ਤੀਸਰਾ ਕਣੀਆਂ ਭਾਵੇਂ ਮੋਟੀਆਂ ਨਹੀਂ ਲੇਕਿਨ ਨਿੰਮਾ ਨਿੰਮਾ ਮੀਂਹ ਪੈਂਦਾ ਹੈ, ਜਦੋਂ ਧਰਤੀ ਨੂੰ ਪੁੱਟ ਕੇ ਵੇਖਾਂਗੇ ਤਾਂ ਸਲਾਬਾ ਜ਼ਿਆਦਾ ਹੁੰਦਾ ਹੈ। ਪਰ ਇਹਦਾ ਭਾਵ ਇਹ ਨਹੀਂ, ਇਹਨਾਂ 'ਚੋਂ ਵਿਸ਼ੇਸ਼ ਹੈ। ਗੁਰਦੇਵ ਕਹਿੰਦੇ ਗੁਰਮੁਖੋ ਪਾਣੀ ਤਿੰਨਾਂ ਤਰੀਕਿਆਂ ਨਾਲ ਧਰਤੀ ਨੂੰ ਮਿਲਦਾ ਹੈ। ਬਾਣੀ ਪੜ੍ਹਦੇ ਹਾਂ ਬੜਾ ਆਨੰਦ ਆਉਂਦਾ ਹੈ, ਲੇਕਿਨ ਸਾਨੂੰ ਅਰਥ ਨਹੀਂ ਆਉਂਦੇ। ਮੈਨੂੰ ਗੁਰਮੁਖੋ 42 ਸਾਲ ਹੋ ਗਏ ਨੇ, ਮੰਜੀ ਸਾਹਿਬ ਤੁਸੀਂ ਗੁਰੂ ਕੀ ਸੰਗ ਤੋਂ, ਮੈਂ ਹੱਥਾਂ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ, ਮੈਨੂੰ ਜਪਜੀ ਸਾਹਿਬ ਦੇ ਅਰਥ ਨਹੀਂ ਜਿਉਂਦੇ। ਇਹ ਤਾਂ ਕਹੀ ਜਾਵਾਂ ਕਥਾਵਾਚਕ ਕਥਾਵਾਚਕ ਅਤੇ ਕਥਾ ਵੀ ਉੱਥੇ ਕਰਦਾ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਸਭ ਤੋਂ ਮਹਾਨ ਸਥਾਨ ਹੈ, ਲੇਕਿਨ ਮੈਨੂੰ ਅੱਜ ਤੱਕ ਜਪਜੀ ਸਾਹਿਬ ਦੇ ਸੰਪੂਰਨ ਅਰਥ ਨਹੀਂ ਆਉਂਦੇ। ਇਹ ਬਾਣੀ ਇੰਨੀ ਅਗਾਧ ਬੋਧ ਹੈ। ਇਸੇ ਪ੍ਰਕਾਰ ਜਿਹੜਾ ਗੁਰਮੁਖ ਪੜ੍ਹਦਾ ਨਾ ਉਹਨੂੰ ਲਾਭ ਲਾਜ਼ਮੀ ਹੋਵੇਗਾ, ਪਰ ਨਾਲ ਗੁਰਮੁਖੋਂ ਕਈ ਵਾਰ ਸ਼ਰਮ ਵੀ ਆ ਜਾਂਦੀ ਹੈ। ਮੈਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੇ ਅੱਗੇ ਤਰਲਾ ਵੀ ਕੱਢਦਾ ਨਾ, ਪਾਤਸ਼ਾਹ ਤੇਰੀ ਬਾਣੀ ਦੇ ਨਾਲ ਪੱਥਰ ਮੋਮ ਹੋ ਗਿਆ, ਤੇਰੀ ਬਾਣੀ ਨਾਲ ਕੌੜਾ ਰੇਠਾ ਮਿੱਠਾ ਹੋ ਗਿਆ। ਅਸੀਂ ਪੜ੍ਹੀ ਵੀ ਬੜੀ ਹੈ, ਅਸੀਂ ਸੁਣੀ ਵੀ ਬੜੀ ਹੈ, ਅਤੇ ਤੇਰੇ ਕੋਲ ਪੜਦਾ ਕੋਈ ਨਹੀਂ, ਅਜੇ ਪੱਥਰ ਦੇ ਪੱਥਰ ਅਸੀਂ, ਕਿਉਂਕਿ ਲੋਕਾਂ ਕੋਲ ਲਟਕਾ ਲਾਂਗੇ, ਤੇਰੇ ਕੋਲ ਲਟਕਾਇਆ ਤਾਂ ਨਹੀਂ ਨਾ ਜਾਣਾ। ਅਸੀਂ ਪੱਥਰ ਦੇ ਪੱਥਰ ਹਾਂ, ਹੈਰਾਨੀ ਦੀ ਗੱਲ, ਉਹ ਕੌੜਾ ਰੇਠਾ ਬੋਲਦਾ ਨਹੀਂ ਪਰ ਮਿੱਠਾ ਹੈ। ਅਸੀਂ ਬੋਲਦੇ ਬੜੇ ਪਰ ਮਿਠਾਸ ਨਹੀਂ ਸਾਡੇ ਅੰਦਰ ਕੜਤਨ, ਅਤੇ ਜਿਹੜੀ ਉਹਨਾਂ 'ਤੇ ਕਿਰਪਾ ਕੀਤੀ ਤਾਂ ਸਾਡੇ 'ਤੇ ਵੀ ਕਰਦੇ। ਤੋ ਗੁਰਮੁਖੋ ਜਦੋਂ ਆਪਾਂ ਕੀਰਤਨ ਸੁਣਦੇ ਹਾਂ ਮਨ ਨੂੰ ਆਨੰਦ ਤਾਂ ਬੜਾ ਆਉਂਦਾ ਹੈ, ਲੇਕਿਨ ਕਹਿੰਦੇ ਵੀ ਭਾਈ ਸਾਹਿਬ ਨੇ ਜਿਹੜਾ ਸ਼ਬਦ ਪੜ੍ਹਿਆ ਪਤਾ ਜਿਹਾ ਨਹੀਂ ਲੱਗਾ, ਉਦੋਂ ਝੂਮੀ ਗਿਆ ਸਿਰ ਹਿਲਾਈ ਗਿਆ, ਪਰ ਕਹਿੰਦਾ ਪਤਾ ਜਿਹਾ ਨਹੀਂ ਲੱਗਾ। ਲੇਕਿਨ ਕਥਾ ਦੇ ਵਿੱਚ ਆਪਾਂ ਜਦੋਂ ਉਹਦੀਆਂ ਲਗਾਂ ਮਾਤਰਾਂ ਨੂੰ ਖੇਡ ਖੇਡ ਕੇ ਗੱਲ ਕਰਦੇ ਹਾਂ ਨਾ, ਕੋਈ ਨਾ ਕੋਈ ਇਹੋ ਜਿਹੀ ਗੱਲ ਬੰਦੇ ਦੇ ਮਨ ਵਿੱਚ ਵੱਧ ਜਾਂਦੀ ਜਿਹੜੇ ਜੀਵਨ ਨੂੰ ਬਦਲ ਦਿੰਦੀ ਹੈ।
ਪਰ ਨਾਲ ਗੁਰਦੇਵ ਨੇ ਆਖਿਆ ਵੀ ਗੁਰਮੁਖਾ ਕਿਤੇ ਇਹ ਨਾ ਭੁਲੇਖੇ 'ਚ ਪੈ ਜਾਈ ਵੀ ਸ਼ਾਇਦ ਮੈਂ ਕਥਾ ਨੂੰ ਵੱਡਿਆਂ ਕਿਹਾ ਅਤੇ ਕੀਰਤਨ ਨੂੰ ਮਾੜਾ ਕਿਹਾ। ਸਾਰੀਆਂ ਚੀਜ਼ਾਂ ਹੀ ਸਫਲੀਆਂ ਨੇ, ਤੂੰ ਗੁਰੂ ਕੀ ਬਾਣੀ ਵਿਚਾਰ ਕੇ ਵੇਖ। ਹਜ਼ੂਰ ਕਹਿੰਦੇ ਆਇਓ ਪੜ੍ਹਨ ਸੁਣਨ ਕੋ ਬਾਣੀ, ਤੈਨੂੰ ਵਾਹਿਗੁਰੂ ਨੇ ਜੀਵਨ ਦਿੱਤਾ ਨਾ ਅਤੇ ਤੈਨੂੰ ਇਸ ਕਰਕੇ ਦਿੱਤਾ ਵੀ ਤੂੰ ਬਾਣੀ ਪੜ੍ਹ ਬਾਣੀ ਸੁਣ। ਦੂਜਾ, ਇਸ ਕਲਯੁੱਗ ਦੇ ਸਮੇਂ ਸਭ ਤੋਂ ਸ੍ਰੇਸ਼ਟ ਕੀ ਹੈ? ਹਜ਼ੂਰ ਕਹਿੰਦੇ ਨੇ ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਪਰ ਨਾਲ ਗੁਰਮੁਖ ਜਪੀਏ ਲਾਏ ਧਿਆਨਾ। ਇਹ ਕੀਰਤਨ ਸ਼੍ਰੋਮਣੀ ਹੈ, ਪਰ ਗੁਰਮੁਖਾ ਧਿਆਨ ਲਾ ਕੇ ਸੁਣ ਅਤੇ ਧਿਆਨ ਲਾ ਕੇ ਕੀਰਤਨ ਕਰ। ਗੁਰਮੁਖੋ ਹਰ ਮਹਿਕਮੇ ਵਿੱਚ ਨਕਲੀ ਅਤੇ ਅਸਲੀ ਨੇ, ਹਰ ਮਹਿਕਮੇ ਵਿੱਚ। ਇਤਿਹਾਸ ਦੇ ਪੰਨਿਆਂ 'ਤੇ ਅੰਕਿਤ ਹੈ ਵੀ ਨਕਲੀ ਰਾਗੀ ਸਾਡੇ ਵਰਗੇ ਪੰਚਮ ਪਾਤਸ਼ਾਹ ਕੋਲ ਆਏ ਵੀ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਕੀਰਤਨ ਦਾ ਬੜਾ ਸਤਿਕਾਰ ਕਰਦੇ ਨੇ ਅਤੇ ਜਾਵਾਂਗੇ ਅਤੇ ਉੱਥੇ ਗੱਫਾ ਮਿਲੇਗਾ। ਅਜੇ ਵੀ ਅਸੀਂ ਕਹਿੰਦੇ ਹਾਂ ਨਾ ਕਥਾ ਕਰਨ ਜਾਂਦੇ ਹਾਂ ਅਤੇ ਜਿਹੜਾ ਬੰਦਾ ਲਿਫਾਫਾ ਮੋਟਾ ਦੇਵੇ, ਕਹਿੰਦੇ ਬੜੇ ਗੁਰਮੁਖ ਸਨ, ਲਿਫਾਫਾ ਮੋਟਾ ਅਤੇ ਨਾਲੇ ਸਰਟੀਫਿਕੇਟ ਇਸ਼ੂ ਕਰਦੇ ਗੁਰਮੁਖ ਸਨ। ਅਤੇ ਜਿਹੜੇ ਕਹਿੰਦੇ ਵੀ ਗਿਆਨੀ ਜੀ ਤੁਸੀਂ ਆਏ ਹੋ ਸਾਨੂੰ ਗੁਰੂ ਬਾਣੀ ਦੀ ਕਥਾ ਸੁਣਾਈ ਹੈ, ਤੁਹਾਡਾ ਬੜਾ ਧੰਨਵਾਦ, ਕਹਿੰਦੇ ਫਿਰ ਵੀ ਦਰਸ਼ਨ ਦਿਆ ਜੇ। ਕਹਿੰਦਾ ਤੂੰ ਦਰਸ਼ਨ, ਕਹਿੰਦਾ ਮੈਂ ਤੁਹਾਡੇ ਮੱਥੇ ਨਹੀਂ ਲੱਗਣਾ, ਕਥਾ ਕਰਾਈ ਦਿੱਤਾ ਲਿਆ ਕੱਖ ਵੀ ਨਹੀਂ ਅਤੇ ਮੇਰੇ ਦਰਸ਼ਨ ਮੈਂ ਨਾ ਤੁਹਾਡੇ ਦਰਸ਼ਨ ਕਰਾਂ ਅਤੇ ਨਾ ਮੈਂ ਕਰਾਂ। ਇਹ ਸਾਡੀ ਹਾਲਤ ਹੈ। ਮੈਂ ਇਹ ਰੋਜ਼ ਗੱਲ ਤਾਂ ਕਰਦਾ, ਤੁਸੀਂ ਸਾਡੇ ਲਈ ਕਦੇ ਗੁਰੂ ਕੋਲ ਤਰਲਾ ਕਰੋ। ਮੈਂ ਜਦੋਂ ਭਾਈ ਮਰਦਾਨੇ ਅਤੇ ਬੇਬੇ ਨਾਨਕੀ ਦੀ ਮੈਂ ਗੱਲ ਰੋਜ਼ ਹੀ ਕਰਦਾ, ਮੇਰਾ ਮਨ ਵਿਕਾਸ ਵਿੱਚ ਆ ਜਾਂਦਾ ਹੈ। ਮਰਦਾਨਿਆਂ ਤੂੰ 52 ਸਾਲ ਕੀਰਤਨ ਕੀਤਾ ਅਤੇ ਬਾਬੇ ਨਾਨਕ ਨੂੰ ਇਹ ਨਹੀਂ ਆਖਿਆ ਤੂੰ ਕਿੰਨੇ ਦੇਗਾ। 52 ਸਾਲ ਕੀਰਤਨ ਕੀਤਾ, ਜੇ 52 ਸਾਡੇ ਚੋਂ ਕਈਆਂ ਦੀ 52 ਸਾਲ ਉਮਰ ਵੀ ਜੋੜੀ, ਨਾ ਉਹਦੀਆਂ ਮਹਿਲ, ਨਾ ਮਾੜੀਆਂ, ਨਾ ਉਹਦੇ ਟਰੈਕਟਰ, ਨਾ ਉਹਦੀਆਂ ਕੰਬਾਈਨਾਂ, ਨਾ ਉਹਦੇ ਟਰੱਕ। ਉਹਨੇ ਕੀਰਤਨ ਕੇਵਲ ਅਤੇ ਕੇਵਲ ਗੁਰੂ ਦੀ ਖੁਸ਼ੀ ਲਈ ਕੀਤਾ। ਮੈਂ ਅੱਜ ਖੁਸ਼ਾਮਦ ਨਹੀਂ ਜੇ ਕਰਨ ਲੱਗਾ ਇਹਨਾਂ ਗੁਰਮੁਖਾਂ ਨੂੰ, ਮੈਂ ਬੜੇ ਲੰਮੇ ਸਮੇਂ ਤੋਂ ਜਾਣਦਾ। ਮੇਰੀ ਦਰਬਾਰ ਸਾਹਿਬ ਡਿਊਟੀ ਹੁੰਦੀ ਸੀ ਆਮ ਕਰਕੇ 12 ਤੋਂ 3। ਇਹ ਜਿਸ ਪਾਸੇ ਬੀਬੀਆਂ ਬਹਿਦੀਆਂ ਨੇ, ਹੁਣ ਤਾਂ ਬਿਲਕੁਲ ਜੰਗਲੇ ਲੱਗ ਗਏ ਨੇ, ਕਿਸੇ ਨੂੰ ਬਹਿਣ ਨਹੀਂ ਦਿੰਦੇ। ਇਹ ਗੁਰੂ ਕੇ ਲਾਲ ਉੱਥੇ ਕੀਰਤਨ ਸੁਣਦੇ ਸਨ, ਮੈਂ ਜਾਣਦਾ ਨਹੀਂ ਸਾਨਾਂ ਨੂੰ, ਪਰ ਜਿੰਨਾ ਟਕਾ ਨਾਲ ਸੁਣਿਆ ਨਾ ਮੇਰਾ ਇਹਨਾਂ ਕੇ ਸਿਰ ਝੁੱਕ ਗਿਆ। ਮੈਂ ਖੁਸ਼ਾਮਦ ਨਹੀਂ ਜੀ ਕਰਦਾ। ਆਪਾਂ ਕੀਰਤਨ ਸੁਣਦੇ ਹਾਂ, ਕਦੇ ਖੱਬੇ ਵੇ ਨੇ ਅਤੇ ਕਦੇ ਸੱਜੇ ਵੇ ਨੇ ਆ। ਕੀਰਤਨ ਸੁਣਦੇ ਹਾਂ ਗੁਰਮੁਖੋ, ਕਿਤੇ ਅੱਖਾਂ ਮੀਟ ਕੇ ਅੰਦਰ ਝਾਤੀ ਮਾਰੋ, ਤੁਹਾਨੂੰ ਬੜਾ ਕੁਝ ਦਿਸੇਗਾ। ਕੀਰਤਨ ਕਿੰਨਾ ਕੁ ਮਹਾਨ ਹੈ, ਕਿਉਂਕਿ ਮਰਦਾਨਾ ਸਤਿਗੁਰੂ ਪਾਤਸ਼ਾਹ ਦਾ ਅੱਜ ਦੀ ਬੋਲੀ 'ਚ ਆਪਾਂ ਕਹਿੰਦੇ ਹਾਂ ਬੋਜਮ ਫਰੈਂਡ, ਪੱਕਾ ਮਿੱਤਰ। ਇੰਨਾ ਪੱਕਾ ਮਿੱਤਰ ਹੈ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲ ਜਦੋਂ ਮਰਦਾਨਾ ਕਹਿੰਦਾ ਵੀ ਮਹਾਰਾਜ ਆਪਣੀ ਨਿਭਣੀ ਨਹੀਂ ਕਿਉਂਕਿ ਤੂੰ ਤਾਂ ਰੋਟੀ ਪਾਣੀ ਨਹੀਂ ਖਾਂਦਾ ਅਤੇ ਸਾਨੂੰ ਭੁੱਖ ਤੰਗ ਕਰਦੀ ਹੈ ਅਤੇ ਛੁੱਟੀਆਂ ਦੇ, ਹੋਰ ਕਹਿੰਦੇ ਚੰਗਾ ਮਰਦਾਨਿਆ ਤੇਰੀ ਮਰਜ਼ੀ। ਮਰਦਾਨਾ ਗੁਰੂ ਨਾਨਕ ਪਾਤਸ਼ਾਹ ਤੋਂ 11 ਕੋਹ ਦੂਰ ਗਿਆ, ਇਤਿਹਾਸ 'ਚ ਲਿਖਿਆ ਹੋਇਆ, ਕੌਡੇ ਰਾਕਸ਼ ਨੇ ਫੜ ਲਿਆ। ਇੱਥੇ ਮੈਂ ਜਦੋਂ ਸਾਖੀ ਪੜ੍ਹਦਾ ਤਾਂ ਮੈਂ ਇਹ ਕਹਿੰਦਾ ਨੇ ਵੀ ਜਿਹੜਾ ਮਰਦਾਨਾ ਸੀ ਜਾਪਦਾ ਸੀ ਉਹਨੇ ਪੋਲੀਟੀਕਲ ਸਾਇੰਸ ਦੀ MA ਵੀ ਕੀਤੀ ਹੋਣੀ ਹੈ,
ਉਦੋਂ ਐਮ ਏ ਨਹੀਂ ਸੀ ਹੁੰਦੀ, ਪਰ ਮੈਨੂੰ ਸ਼ੱਕ ਪੈਂਦਾ ਵੀ ਉਹ ਪ੍ਰੀਟੀਕਲ ਸਾਇੰਸ ਦੀ ਐਮ ਏ ਵੀ ਹੋਵੇਗਾ। ਕਿਉਂ? ਜਦੋਂ ਕੂਡੇ ਰਾਕਸ਼ ਨੇ ਫੜਿਆ ਅਤੇ ਕਹਿੰਦਾ ਬਾਬਾ ਤੇਰੀ ਸੰਗਤ ਕਰਕੇ ਮੈਨੂੰ ਮੌਤ ਦਾ ਭੈ ਨਹੀਂ, ਪਰ ਬੇਨਤੀ ਹਾਂ ਵੀ ਜੇ ਮੈਨੂੰ ਇਹਨੇ ਤਲ ਦਿੱਤਾ ਅਤੇ ਲੋਕਾਂ ਨੇ ਤੇਰੀ ਬਦਨਾਮੀ ਕਰਨੀ ਵੀ ਗੁਰੂ ਨਾਨਕ ਪਾਤਸ਼ਾਹ ਦਾ ਬਾਬੀ ਉਹਨੇ ਮਾਰ ਘਤਿਆ, ਮੈਨੂੰ ਤਾਂ ਮੌਤ ਦਾ ਡਰ ਹੀ ਨਹੀਂ। ਉੱਥੇ ਲਿਖਿਆ ਵੀ ਗੁਰੂ ਨਾਨਕ ਪਾਤਸ਼ਾਹ ਹੱਸ ਪਏ। ਭਾਈ ਬਾਲੇ ਨੇ ਗੁਰਦੇਵ ਦੇ ਚਿਹਰੇ ਵੱਲ ਤੱਕਿਆ ਅਤੇ ਕਹਿਣ ਲੱਗੇ ਬਾਲਿਆ ਕਿਵੇਂ? ਬਾਲਾ ਕਹਿਣ ਲੱਗਾ ਪਾਤਸ਼ਾਹ ਕਿਵੇਂ? ਕਹਿੰਦਾ ਮਰਦਾਨਾ ਚਲਾਕੀਆਂ ਨੂੰ ਛੱਡਦਾ, ਕਿਉਂਕਿ ਮਿੱਤਰ ਸਨ। ਭਾਈ ਬਾਲੇ ਨੇ ਆਖਿਆ ਜੇ ਮੈਂ ਤੁਹਾਡੀ ਗੱਲ ਨਹੀਂ ਸਮਝਿਆ। ਹਜ਼ੂਰ ਕਹਿੰਦੇ ਕੌਡੇ ਨੇ ਕਾਬੂ ਕੀਤਾ ਅਤੇ ਕਹਿਣ ਲੱਗਾ ਮੈਨੂੰ ਤੇਰੀ ਸੰਗਤ ਕਰਕੇ ਮੌਤ ਦਾ ਡਰ ਨਹੀਂ। ਇਹ ਜੇ ਗੁਰੂ ਦੀ ਸੰਗਤ ਦਾ ਭਾਵ, ਜਿਹੜਾ ਗੁਰੂ ਨਾਲ ਜੁੜ ਗਿਆ ਉਹਨੂੰ ਮੌਤ ਦਾ ਡਰ ਨਹੀਂ ਆਉਂਦਾ। ਇਹ ਤਾਂ ਪੁਰਾਣੀਆਂ ਗੱਲਾਂ, ਮੈਂ ਗੁਰਮੁਖ ਸੰਤ ਬਾਬਾ ਜਰਨੈਲ ਸਿੰਘ ਦੇ ਮੌਕੇ 'ਤੇ ਰਿਹਾ, ਮੇਰੇ ਨਾਲ ਗੁਰਮੁਖ ਪਿਆਰੇ ਰਹਿੰਦੇ ਸਨ ਅਤੇ ਮੈਂ ਇਹਨਾਂ ਕੰਨਾਂ ਦੇ ਨਾਲ ਉਹਨਾਂ ਗੁਰਮੁਖਾਂ ਕੋਲੋਂ ਸੁਣਿਆ ਸੀ ਵੀ ਵੱਧ ਤੋਂ ਵੱਧ ਮਾਰ ਹੀ ਦੇਣਗੇ, ਹੋਰ ਕੀ ਕਰ ਲੈਣਗੇ। ਇੱਕ ਵਾਰ ਉਹ ਮੀਟਿੰਗ ਕਰ ਰਹੇ ਸਨ ਅਤੇ ਮੈਂ ਕੋਸ਼ਿਸ਼ ਕਰਦਾ ਸਾਂ ਵੀ ਉਹਨਾਂ ਦੇ ਅੰਦਰ ਨਾ ਜਾਵਾਂ, ਕਿਉਂਕਿ ਕਿਸੇ ਮੌਕੇ ਗੱਲ ਲੀਕ ਆਊਟ ਹੋ ਜਾਣਾ ਅਤੇ ਆਪਾਂ ਕਹਿੰਦੇ ਫਲਾਨਾ ਬੰਦਾ ਕੋਲ ਸੀ। ਜਿਹੜੇ ਕਮਰੇ 'ਚ ਮੈਂ ਰਹਿੰਦਾ ਸਾਂ ਉੱਥੇ ਮੀਟਿੰਗ ਕਰ ਰਹੇ ਸੀ ਅਤੇ ਮੈਂ ਬਾਹਰ ਖਲੋਤਾ ਸਾਂ ਅਤੇ ਕਹਿਣ ਲੱਗੇ ਵੱਧ ਤੋਂ ਵੱਧ ਮਾਰ ਦੇਣਗੇ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਾਲਿਆ ਮਰਦਾਨੇ ਉਹ ਕਹਿੰਦਾ ਏ, ਚੱਲ ਉਹਦਾ ਪਤਾ ਲਈਏ। ਜਦੋਂ ਆਪਾਂ ਬਹੁਤਾ ਨਿਕਟ ਵਰਤੀ ਹੋ ਜਾਈ ਤਾਂ ਆਪਾਂ ਕਈ ਗੱਲਾਂ ਗੌਲਦੇ ਨਹੀਂ। ਭਾਈ ਬਾਲਾ ਕਹਿਣ ਲੱਗਾ ਜੀ ਇਸੇ ਵਾਹ ਵਾਲਾ ਮਰਨ ਦਿਓ ਅਤੇ ਗੁਰੂ ਬਾਬਾ ਕਹਿੰਦਾ ਨਾਲ ਲੈ ਦੀ ਲਾਜ ਰੱਖਣੀ ਪੈਂਦੀ ਹੈ। ਇਹਦੇ ਤੋਂ ਭਾਵ ਹੈ ਗੁਰਮੁਖੋ, ਜੇ ਆਪਾਂ ਗੁਰੂ ਦੇ ਨਾਲ ਲੜਾਂਗੇ ਤਾਂ ਗੁਰੂ ਸਾਡੀ ਲਾਜ ਰੱਖੇਗਾ। ਜਿਹੜੀ ਮੈਂ ਵਿੱਚੋਂ ਗੱਲ ਕਹਿਣੀ ਚਾਹੁੰਦਾ ਜੋ ਮੇਰੇ ਅੰਦਰ ਦਾ ਭਾਵ ਹੈ, ਇਹ ਕੀਰਤਨ ਇੰਨਾ ਮਹਾਨ ਹੈ ਸੁਲਤਾਨਪੁਰ ਸਾਹਿਬ ਦਾ, ਕਿਤੇ ਇਤਿਹਾਸ ਪੜ੍ਹਨਾ, ਜਦੋਂ ਸੁਲਤਾਨਪੁਰ ਸਾਹਿਬ ਸਨ ਅਤੇ ਭਾਈ ਮਰਦਾਨਾ ਕਹਿੰਦਾ ਗੁਰੂ ਬਾਬਾ ਨੂੰ ਤੇਰਾ ਅਤੇ ਮੇਰਾ ਬਹੁਤਾ ਫਰਕ ਨਹੀਂ ਰਹਿ ਗਿਆ। ਬੜੀ ਹੈਰਾਨੀ ਦੀ ਗੱਲ ਵੀ ਇੱਕ ਪਾਸੇ ਦੀਨ ਦੁਨੀਆ ਦਾ ਮਾਲ ਗੁਰੂ ਨਾਨਕ ਪਾਤਸ਼ਾਹ ਅਤੇ ਇੱਕ ਪਾਸੇ ਸਾਡੇ ਵਰਗਾ ਮਰਾਸੀਆਂ ਦਾ ਲੜਕਾ ਉਹ ਕੀਰਤਨ ਕਰਦਾ ਅਤੇ ਉਹ ਕਹਿੰਦਾ ਤੇਰਾ ਮੇਰਾ ਬਹੁਤਾ ਫਰਕ ਹੀ ਨਹੀਂ ਰਿਹਾ। ਗੁਰੂ ਬਾਬਾ ਹੱਸ ਕੇ ਕਹਿਣ ਲੱਗਾ ਮਰਦਾਨਿਆਂ ਕਿਵੇਂ? ਉਦੋਂ ਮੇਰਾ ਸਿਰ ਝੁਕ ਜਾਂਦਾ ਹੈ, ਕਹਿੰਦਾ ਬਾਬਾ ਤੂੰ ਰੱਬ ਦਾ ਰਬਾਬੀ, ਮੈਂ ਤੇਰਾ ਰਬਾਬੀ, ਜੇ ਮੈਨੂੰ ਪੁੱਛ ਕੇ ਵੇਖੇ ਤੇਰੇ ਅਤੇ ਰੱਬ 'ਚ ਪੂਰਾ ਫਰਕ ਨਹੀਂ। ਇਹ ਜੇ ਕੀਰਤਨ ਦੀ ਮਾਨਤਾ, ਤੂੰ ਰੱਬ ਦਾ ਰਬਾਬੀ, ਮੈਂ ਤੇਰਾ ਰਬਾਬੀ, ਅਤੇ ਮੈਨੂੰ ਪੁੱਛੇ ਹੁਣ ਤੇਰੇ ਅਤੇ ਮੇਰੇ 'ਚ ਕੋਈ ਫਰਕ ਨਹੀਂ। ਕੀਰਤਨ ਇੰਨਾ ਮਾਨ ਹੈ ਵੀ ਗੁਰੂ ਕੇ ਸਿੱਖ ਨੂੰ ਗੁਰੂ ਵਿੱਚ ਅਭੇਦ ਕਰ ਦਿੰਦਾ ਹੈ। ਪਰ ਹੋਵੇ ਕਿਹੋ ਜਿਹਾ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਹਰ ਮਹਿਕਮੇ ਵਿੱਚ ਨਕਲ ਹੁੰਦੀ, ਹਰ ਮਹਿਕਮੇ ਵਿੱਚ, ਕੋਈ ਮਹਿਕਮਾ ਲੈ ਲਓ, ਹਰ ਮਹਿਕਮੇ ਵਿੱਚ ਨਕਲ ਹੈ। ਔਰ ਇਸੇ ਕਰਕੇ ਕਈ ਵਾਰ ਅਸੀਂ ਪ੍ਰਚਾਰ ਕਰਨ ਵਾਲੇ ਸਾਥੋਂ ਗਲਤੀਆਂ ਹੋ ਜਾਂਦੀਆਂ ਨੇ, ਜਦਕਿ ਗੁਰੂ ਕੀ ਬਾਣੀ ਵਿੱਚ ਸੰਤ ਨੂੰ ਮਾਨ ਕਿਹਾ ਗਿਆ ਤਾਂ ਸਾਨੂੰ ਕਈ ਸੰਤਾਂ ਤਵੇ ਲਾਉਣੇ ਪੈਂਦੇ ਨੇ, ਕਈ ਸੰਤਾਂ 'ਤੇ ਸਾਨੂੰ ਤਵੇ ਲਾਉਣੇ ਪੈਂਦੇ ਨੇ, ਸਿੱਧੀ ਡਾਇਰੈਕਟ ਗੱਲ ਕਰਨੀ ਪੈਂਦੀ ਹੈ ਅਤੇ ਆਪਾਂ ਕਈ ਨੇ ਸੰਤ ਬਣਦੇ ਨੇ। ਮਜਬੂਰੀ ਇਹ ਹੈ, ਇਹਨਾਂ ਡੁਪਲੀਕੇਟਾਂ ਨੇ ਕਈ ਵਾਰ ਸਾਡੇ ਕੋਲੋਂ ਚੰਗਿਆਂ ਦੀ ਨਿੰਦਿਆ ਵੀ ਕਰਾ ਦਿੱਤੀ। ਹਰ ਮਹਿਕਮੇ ਵੀ ਡੁਪਲੀਕੇਟ ਨੇ, ਨਕਲੀ ਡੁਪਲੀਕੇਟ। ਰਾਗੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕੋਲ ਗਾਇਆ ਅਤੇ ਕਹਿੰਦੇ ਨੇ ਕੀਰਤਨ ਦੀ ਹਾਜ਼ਰੀ ਭਰਨੀ, ਹਜ਼ੂਰ ਕਹਿੰਦੇ ਜੀ ਆਇਆਂ ਨੂੰ ਭਰੋ ਭਾਈ। ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਸਾਡੇ ਵਰਗੇ। ਉਹਨਾਂ ਨੇ ਇੱਕ ਦੋ ਸ਼ਬਦ ਲਾਏ ਅਤੇ ਕਹਿੰਦੇ ਚੰਗਾ ਪਾਤਸ਼ਾਹ ਸਾਨੂੰ ਮਾਇਆ ਦਿਓ। ਉੱਥੇ ਹਜ਼ੂਰ ਇਤਿਹਾਸ ਲਿਖਿਆ
ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ 100 ਰੁਪਈਆ ਦਿੱਤਾ। ਕਹਿਣ ਲੱਗੇ ਜੀ ਥੋੜ੍ਹੇ ਨੇ, ਕੀਰਤਨ ਕਿੱਡਾ ਕਮਾਨ ਹੈ। ਕਹਿਣ ਲੱਗੇ ਜੀ ਅਸੀਂ ਕੀਰਤਨ ਦਾ ਮੁੱਲ ਮੰਗਦੇ ਹਾਂ। ਉੱਥੇ ਲਿਖਿਆ ਵੀ ਗੁਰਦੇਵ ਨੇ 500 ਦਮੜਾ ਮੰਗਾ ਕਰਕੇ, ਉਸ ਜ਼ਮਾਨੇ 'ਚ 500 ਰੁਪਈਆ ਬਹੁਤ ਵੱਡੀ ਰਕਮ ਸੀ, 500 ਰੁਪਈਆ ਮੰਗਾ ਕੇ ਕਹਿਣ ਲੱਗੇ ਰਾਗੀ ਜੀ ਇਹ ਗੁਰਬਾਣੀ ਦੀ ਭੇਟ ਆ, ਗੁਰਬਾਣੀ ਦੀ ਕੀਮਤ ਮੇਰੇ ਕੋਲ ਹੈ ਨਹੀਂ। ਕਿਉਂਕਿ ਆਪਾਂ ਪੜ੍ਹਦੇ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦਿਓ, ਜਿੰਨਾ ਭਾਗ ਮਥਾਹੇ ਸੇ ਨਾਨਕ ਹੱਬ ਰੰਗ ਮਾਣ ਦਿਓ। ਜਿਹੜੀ ਤੀਜੀ ਘਟਨਾ ਨਾ ਜਦੋਂ ਪੜ੍ਹੀ ਦੀ ਤਾਂ ਗੁਰਮੁਖੋਂ ਕਾਲਜਾ ਪਾੜ ਜਾਂਦਾ ਹੈ, ਉੱਥੇ ਲਿਖਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤਲਵਾਰ ਮੰਗਾਈ ਅਤੇ ਕਹਿੰਦੇ ਰਾਗੀ ਜੀ ਤੁਹਾਨੂੰ ਉਪਰੀ ਜੀ ਗੱਲ ਲੱਗੇਗੀ, ਮੇਰਾ ਸਿਰ ਵੀ ਕੱਟ ਕੇ ਮੈਂ ਤੁਹਾਨੂੰ ਭੇਟ ਕਰਦਿਆਂ ਅਤੇ ਮੈਂ ਕੀਰਤਨ ਦਾ ਕੀਮਤ ਨਹੀਂ ਦੇ ਸਕਦਾ। ਤੁਸੀਂ ਮਾਇਆ 'ਤੇ ਸੰਤੁਸ਼ਟ ਨਹੀਂ ਨਾ ਹੋਏ, ਇਹ ਤੁਸੀਂ ਕਿਹਾ ਵੀ ਸਾਨੂੰ ਪੂਰਾ ਮੁੱਲ ਦਿਓ, ਮੈਂ ਆਪਣਾ ਸਿਰ ਵੀ ਕੱਟ ਕੇ ਭੇਟ ਕਰਦਿਆਂ ਅਤੇ ਗੁਰਮੁਖੋ ਇਹ ਵੀ ਕੀਰਤਨ ਦੀ ਕੀਮਤ ਨਹੀਂ। ਗੁਰੂ ਸਾਡੇ 'ਤੇ ਕਿਰਪਾ ਕਰੇ, ਇਹ ਕੀਰਤਨ ਸਾਡੇ ਜੀਵਨ ਦਾ ਅੰਗ ਬਣੇ। ਅਤੇ ਅੱਗੇ ਗੱਲ ਕਥਾ ਦੀ, ਗੁਰਦੇਵ ਕਹਿੰਦੇ ਸਭ ਤੋਂ ਉਤਮ ਹਰ ਕੀ ਕਥਾ, ਅਸੀਂ ਕਥਾ ਕਰਦੇ ਹਾਂ ਲੇਕਿਨ ਕਹਿੰਦੇ ਫਲਾਣੇ ਗੁਰਮੁਖ ਪਿਆਰ ਦਰਸ਼ਨ ਕੀਤੇ ਜੀ ਆਇਆਂ ਨੂੰ, ਇਹਦਾ ਭਾਵ ਗੁਰਮੁਖ ਦਰਸ਼ਨ ਕਰ ਲਏ ਅਤੇ ਗੁਰੂ ਦਰਸ਼ਨ ਕਰਕੇ ਤੈਨੂੰ ਬੁਖਾਰ ਹੋ ਗਿਆ, ਭਾਵ ਕਿ ਅਸੀਂ ਕੁਸ਼ਾਮਦ ਕਰਦੇ ਹਾਂ, ਕੁਸ਼ਾਮਦ ਕਥਾ ਕਰਦਿਆਂ ਕੇਵਲ ਅਤੇ ਕੇਵਲ ਕਰਤਾਰ ਦੀ ਕੀਰਤੀ ਕੀਤੀ ਜਾਏ। ਸਭ ਤੋਂ ਉਤਮ ਹਰ ਕੀ ਕਥਾ, ਹਰ ਤੋਂ ਭਾਵ ਪਰਮਾਤਮਾ ਦੀ ਵਡਿਆਈ, ਜਦੋਂ ਬੰਦਿਆਂ ਦੀ ਵਡਿਆਈ ਕਰਦੇ ਹਾਂ ਨਾ, ਹੁਣ ਇਹ ਗੁਰਮੁਖਾਂ ਨੇ ਕੀਰਤਨ ਕੀਤਾ ਹੈ, ਦੁਨੀਆ ਨਾ ਸਲਾਹੇ ਜੋ ਮਰਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ। ਜਿਨ੍ਹਾਂ ਰਹਿਣਾ ਹੀ ਨਹੀਂ ਉਹਨਾਂ ਦੀ ਵਡਿਆਈ ਕਰਕੇ ਗੁਰਮੁਖਾਂ ਆਪਣੇ ਕੀਮਤੀ ਸਵਾਸਾਂ ਨੂੰ ਬਰਬਾਦ ਨਾ ਕਰ। ਅੱਜ ਦੇ ਸਮੇਂ 'ਚ ਸਭ ਤੋਂ ਵੱਡਾ ਦੁਖਾਂਤ ਇਹ ਬਣ ਗਿਆ, ਫਲਾਨਾ ਜੀ ਆਏ ਨੇ ਬੜਾ ਧੰਨਵਾਦ, ਫਲਾਨੇ ਨੇ ਦਰਸ਼ਨ ਕੀਤੇ ਨੇ, ਗੁਰਮੁਖੋ ਗੁਰੂ ਦੇ ਦਰਸ਼ਨ ਹੋ ਗਏ ਤਾਂ ਸਾਰੇ ਦਰਸ਼ਨ ਵਿੱਚ ਆ ਜਾਣਗੇ। ਆਪਾਂ ਉਪਰਾਲਾ ਕਰੀਏ ਵੀ ਗੁਰੂ ਦੇ ਦਰਸ਼ਨ ਕਰੀਏ ਅਤੇ ਗੁਰੂ ਨਾਲ ਅਭੇਦ ਹੋ ਜਾਈਏ, ਸਾਡਾ ਗੁਰਦੁਆਰੇ ਵਿੱਚ ਆਇਆ ਤਾਂ ਸਫਲਾ ਹੈ। ਸਭ ਤੋਂ ਉਤਮ ਹਰ ਕੀ ਕਥਾ, ਔਰ ਕਲਯੁਗ ਮੈਂ ਕੀਰਤਨ ਪ੍ਰਧਾਨਾ, ਪਰ ਖਿਆਲ ਰੱਖੀਂ ਕੀਰਤਨ ਕਰਨ ਵਾਲਿਆ ਗੁਰਮੁਖਾ, ਗੁਰਮੁਖ ਜਪੀਏ ਲਾਏ ਧਿਆਨਾ, ਕਿਤੇ ਗੁਰੂ ਦੇ ਸਨਮੁਖ ਹੋ ਕੇ ਇਕਾਗਰ 'ਚ ਧੁਰ ਕੀਰਤਨ ਕਰੇਗਾ, ਤੈਨੂੰ ਉਹ ਕੁਝ ਮਿਲਿਆਗਾ ਜਿਹਦੀ ਕੀਮਤੀ ਨਹੀਂ। ਔਰ ਕੀਰਤਨ ਕਰਨ ਵਾਲੇ ਇੰਨੇ ਮਹਾਨ ਨੇ, ਤੁਸੀਂ ਕਿਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਇਤਿਹਾਸ ਪੜ੍ਹਿਆ ਜੇ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ ਨਾ, ਅਤੇ ਉੱਥੇ ਗੁਰੂ ਮਹਾਰਾਜ ਨੇ ਕਮਰ ਕੱਸਾ ਦਿੱਤਾ, ਲਾ ਕੇ ਆਪਣਾ ਕਮਰ ਕੱਸਾ, ਇੱਕ ਕੜਛੀ ਦਿੱਤੀ ਹੈ ਮਾਤਾ ਖੀਵੀ ਵਾਸਤੇ। ਅਤੇ ਗੁਰੂ ਅੰਗਦ ਸਾਹਿਬ ਨੇ ਮੰਗ ਕੀਤੀ ਵੀ ਮਹਾਰਾਜ ਮੈਨੂੰ ਕੋਈ ਕੀਰਤਨ ਕਰਨ ਵਾਲਾ ਵੀ ਗੁਰਮੁਖ ਦਿਓ। ਉੱਥੇ ਲਿਖਿਆ ਵੀ ਮਹਾਰਾਜ ਨੇ ਬਲਵੰਡੇ ਨੂੰ, ਇਹ ਸੱਤਾ ਅਤੇ ਬਲਵੰਡਾ ਦੋਵੇਂ ਮਾਸੀ ਦੇ ਪੁੱਤਰ ਸਨ, ਬਲਵੰਡੇ ਨੂੰ ਦਿੱਤਾ ਅਤੇ ਨਾਲ ਇੱਕ ਵਿਸ਼ੇਸ਼ ਤਕੀਦ ਕੀਤੀ ਗੁਰੂ ਅੰਗਦ ਸਾਹਿਬ ਨੂੰ, ਮਹਾਂਪੁਰਸ਼ੋ ਇਹਨਾਂ ਦਾ ਇਉਂ ਸਤਿਕਾਰ ਕਰਨਾ ਜਿਵੇਂ 32 ਦੰਦਾਂ ਵਿੱਚ ਜੀਭ ਹੁੰਦੀ ਹੈ,
ਇਹ ਲਿਖਿਆ ਜੀ ਬਕਾਇਦਾ ਇਹੋ ਸ਼ਬਦ ਲਿਖੇ ਨੇ। ਜਿਵੇਂ ਬੱਤੀ ਦੰਦਾਂ ਵਿੱਚ ਜੀਭ ਹੁੰਦੀ ਹੈ ਨਾ, ਅਤੇ ਜੀਭ ਨੂੰ ਆਪਾਂ ਦੰਦ ਨਹੀਂ ਲਾਉਂਦੇ ਪਰ ਉਹਨਾਂ ਦੰਦਾਂ ਵਿੱਚ ਸੁਰੱਖਿਅਤ ਹੈ, ਇਸ ਪ੍ਰਕਾਰ ਇਹਨਾਂ ਦਾ ਮਾਣ ਸਨਮਾਨ ਕਰਨਾ। ਗੁਰੂ ਕਿਰਪਾ ਕਰੇ ਕਿਤੇ ਅਸੀਂ ਉਹੋ ਜਿਹੇ ਰਾਗੀ ਬਣ ਜਾਈਏ। ਔਰ ਜੇ ਆਪਾਂ ਕੀਰਤਨ ਕਰਦੇ ਹਾਂ, ਤਾਂ ਮੈਂ ਇਹ ਲਿਖੀ ਗੱਲ ਨਹੀਂ, ਮੈਂ ਨਿੱਜੀ ਤੌਰ 'ਤੇ ਵੇਖਿਆ, ਬੰਦੇ ਦੇ ਆਟੋਮੈਟਿਕਲੀ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ ਬੰਦੇ ਦੇ ਅੰਦਰ। ਦਰਬਾਰ ਸਾਹਿਬ ਦੇ ਇੱਕ ਰਾਗੀ ਹੋਏ ਨੇ, ਸ਼ਾਇਦ ਕਈਆਂ ਨੇ ਦਰਸ਼ਨ ਵੀ ਕੀਤੇ ਹੁਣ, ਭਾਈ ਹਰੀ ਸਿੰਘ ਜੀ, ਇਹੋ ਜਿਹਾ ਉਹਨਾਂ ਦਾ ਉੱਚਾ ਜੀਵਨ ਸੀ। ਮੈਂ ਸਿਰ ਝੁਕਾਉਣਾ, ਆਪਾਂ ਤਾਂ ਹੇਰਾ ਫੇਰੀ ਕਰਦੇ ਹਾਂ ਨਾ, ਵੀ ਨਵਾਂ ਨੋਟ ਲੈ ਲਿਆ ਅਤੇ ਪਾਟਾ ਦੂਜੇ ਨੂੰ ਦੇ ਦਿੱਤਾ, ਆਹ ਤੁਸੀਂ ਤਜਰਬਾ ਕਰਨਾ। ਜੇ ਕਿਤੇ ਪਾਟੇ ਨੋਟ ਵੇਖਣੇ ਹੋ ਤਾਂ ਜਿੰਨੇ ਗੋਲਕ 'ਚੋਂ ਮਿਲਣਗੇ ਤੁਹਾਨੂੰ ਕਿਤੇ ਨਹੀਂ ਮਿਲਣਗੇ, ਗੋਲਕ 'ਚੋਂ ਪਾਟੇ ਨੋਟ। ਵੀ ਲੋਕ ਵੀ ਖੁਸ਼ ਅਤੇ ਆਪਾਂ ਵੀ ਖੁਸ਼, ਅਤੇ ਲੋਕਾਂ ਨੂੰ ਵਿਖਾ ਕੇ ਆਪਾਂ ਦਸਾਂ ਦਾ ਨੋਟ ਪਾਤਾ, ਭਾਵੇਂ ਦੋਵੇਂ ਟੋਟੇ ਹੋੜ। ਇਹ ਆਪਾਂ ਕਰਦੇ ਚੁੱਕ ਮੰਨੇ ਜਾਂ ਨਾ ਮੰਨੇ, ਇਹ ਸਾਡਾ ਸਵਾਹ ਹੈ, ਗੁਰੂ ਸਾਡੇ 'ਤੇ ਕਿਤੇ ਕਿਰਪਾ ਕਰਦੇ। ਗਿਆ ਰਾਗੀ ਹਰੀ ਸਿੰਘ ਜੀ ਜਦੋਂ ਤਨਖਾਹ ਮਿਲਦੀ ਸੀ ਨਾ, ਉਸੇ ਮੌਕੇ ਉਹ ਆਪਣੀ ਤਨਖਾਹ ਦਾ ਜਦੋਂ ਸਾਈਨ ਕਰਦੇ ਸਨ ਅਤੇ ਕਹਿੰਦੇ ਸਨ, ਭਾਈ ਸਾਹਿਬ ਜੀ ਮੇਰਾ ਦਸਵਾਂ ਹਿੱਸਾ ਕੱਟ ਲਓ। ਜੇ 100 ਮਿਲਦਾ ਨਾ ਤਾਂ ਕਹਿੰਦੇ ਸੀ 10 ਰੁਪਈਏ ਕੱਟ ਲਓ, ਇਹ ਦਸਵੰਧ ਬਣਦਾ। ਜੇ ਕੀਰਤਨ ਕਰਨ ਜਾਂਦੇ ਸਨ ਉੱਥੇ 50 ਰੁਪਈਏ ਹੋਏ ਅਤੇ ਆਉਂਦਿਆਂ ਸਭ ਤੋਂ ਪਹਿਲਾਂ 5 ਰੁਪਈਏ ਖਜ਼ਾਨਚੀ ਨੂੰ ਜਮ੍ਹਾਂ ਕਰਾਉਣੇ, ਭਾਈ ਇਹ ਦਸਵੰਧ ਹੈ। ਅਤੇ ਅਸੀਂ ਕੀਰਤਨ ਕਰਨ ਜਾਂਦੇ ਹਾਂ ਅਤੇ ਕਮੇਟੀ ਨੂੰ ਕਹਿੰਦੇ ਜੀ ਉਹਨਾਂ 2100 ਦਿੱਤਾ ਅਤੇ ਲਿਆ ਹੁੰਦਾ 21,000। ਉਹਨਾਂ ਗੁਰਮੁਖਾਂ ਨੇ ਮੈਨੂੰ ਆਪ ਦੱਸਿਆ, ਮੇਰੇ ਮਨ 'ਚ ਉਹਨਾਂ ਦਾ ਬੜਾ ਰਿਗਾਰਡ ਸੀ, ਮੈਂ ਉਹਨਾਂ ਨੂੰ ਆਪਣੇ ਪਿਤਾ ਨਾਲ ਵੱਧ ਸਤਿਕਾਰ ਦਿੰਦਾ ਸਾਂ। ਅਤੇ ਮੈਨੂੰ ਕਹਿੰਦੇ ਪੁੱਤਰਾ ਗਿਆਨੀ ਜੀ ਤੂੰ ਵੀ ਕੰਮ, ਮੈਨੂੰ ਪੁੱਤਰ ਵੀ ਕਹਿ ਦੇਣਾ, ਗਿਆਨੀ ਵੀ, ਪੁੱਤਰਾ ਕਿਤੇ ਨਿਮਾਣਾ ਹੋ ਕੇ ਦਾਸ ਬਣ ਕੇ ਕਥਾ ਅਤੇ ਕੀਰਤਨ ਕਰੇਗਾ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਜੀ। ਮੈਂ ਕਿਹਾ ਜੀ ਕੋਈ ਸਬੂਤ? ਕਹਿੰਦੇ ਮੈਂ ਤਾਂ ਆਪ ਬੜਾ ਪਰੇਸ਼ਾਨ ਹਾਂ। ਮੈਂ ਕਿਹਾ ਜੀ ਪਰੇਸ਼ਾਨੀ ਤੁਹਾਨੂੰ ਕਾਹਦੀ ਹੈ? ਕਹਿੰਦੇ ਤੂੰ ਬੰਦਾ ਲੰਘਦਾ ਨਾ ਅਤੇ ਮੈਨੂੰ ਪਤਾ ਲੱਗ ਜਾਂਦਾ ਵੀ ਇਹਦੀ ਫਲਾਣੇ ਦਿਨ ਨੂੰ ਮੌਤ ਹੈ। ਇਹ ਮੈਨੂੰ ਉਹਨਾਂ ਦੱਸਿਆ ਜੀ, ਮੈਂ ਆਪਣੇ ਕੋਲ ਨਹੀਂ ਕਹਿ ਰਿਹਾ। ਆਂਦੇ ਮੈਂ ਬੜਾ ਪਰੇਸ਼ਾਨ ਹਾਂ ਵੀ ਮੈਂ ਇਸ ਗੱਲ ਤੋਂ ਲੈਣਾ ਕਿ ਬੰਦਾ ਵੇਂਹਦਿਆਂ ਸਰ ਮੈਨੂੰ ਪਤਾ ਲੱਗਦਾ ਇਹਨੇ ਫਲਾਣੇ ਦਿਨ ਮੌਤ 'ਤੇ ਤੂੰ ਚੜ੍ਹਾਈ ਕਰਨ ਜਾਂਦਾ, ਆਹ ਨਵਾਂ ਪੰਗਾ ਪਿਆ ਜੀ। ਇਹ ਸਾਖੀ ਸੁਣਾਉਣ ਤੋਂ ਭਾਵ ਕਿ ਜੇ ਆਪਾਂ ਉਹਦੇ ਹੋ ਜਾਈਏ ਨਾ, ਅਤੇ ਜਿਹਨੂੰ ਆਪਾਂ ਕਹਿੰਦੇ ਤ੍ਰਿਕਾਲ ਦਰਸ਼ੀ, ਮਨੁੱਖ ਨੂੰ ਤਿੰਨਾਂ ਸਮਿਆਂ ਦਾ ਗਿਆਨ ਹੋ ਜਾਂਦਾ ਹੈ।